ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਧੀਰਜ ਵਡੇਰਾ ਕਰੀਅਰ ਓਵਰਸੀਜ਼ ਚੰਡੀਗੜ੍ਹੋਂ। ਅਤੇ ਮੈਂ ਜਿਵੇਂ ਤੁਸੀਂ ਕੀ ਸਾਰੇ ਜਾਣਦੇ ਹੀ ਹੋ, ਹੁਣ ਅੱਜ ਦੀ ਡੇਟ 'ਚ ਬੱਚਿਆਂ ਦੇ ਇਗਜ਼ਾਮਸ ਹੋ ਰਹੇ ਨੇ, ਮਾਰਚ ਦਾ ਟਾਈਮ ਹੈ। ਨਾਲੇ ਤਾਂ ਮੈਂ ਸਾਰੇ ਬੱਚਿਆਂ ਨੂੰ ਪਲੱਸ ਟੂ ਵਾਲੇ ਬੱਚਿਆਂ ਨੂੰ ਮੈਂ ਸਭ ਨੂੰ ਬੈਸਟ ਵਿਸ਼ਿਜ਼ ਦੇਣਾ ਚਾਹਾਂਗਾ ਕਿ ਤੁਸੀਂ ਆਪਣੇ ਇਗਜ਼ਾਮਸ ਬੜੇ ਧਿਆਨ ਨਾਲ ਦਿਓ, ਇਗਜ਼ਾਮਸ ਫੀਅਰ ਨਾ ਰੱਖੋ, ਥੋੜ੍ਹਾ ਜਿਹਾ ਰਿਲੈਕਸ ਵੀ ਹੋ ਕੇ ਧਿਆਨ ਨਾਲ ਪੜ੍ਹਾਈ ਕਰਕੇ ਅਤੇ ਬੜੇ ਕੌਨਫੀਡੈਂਸ ਤੁਸੀਂ ਇਗਜ਼ਾਮ ਦੇਣ ਜਾਓ। ਸੋ ਦੈਟ ਕਿ ਤੁਹਾਡਾ ਰਿਜ਼ਲਟ ਵੀ ਅੱਛਾ ਆਏਗਾ ਅਤੇ ਤੁਹਾਨੂੰ ਕੋਈ ਘਬਰਾਹਟ ਨਹੀਂ ਹੋਏਗੀ ਅਤੇ ਤੁਸੀਂ ਆਰਾਮ ਨਾਲ ਆਪਣਾ ਰਿਲੈਕਸ ਹੋ ਕੇ ਤੁਸੀਂ ਇਸ ਚੀਜ਼ ਨੂੰ ਵਧੀਆ ਅਚੀਵਮੈਂਟ ਕਰ ਲਓਗੇ ਆਪਣੇ ਟਾਰਗੇਟ ਦੇ ਹਿਸਾਬ ਨਾਲ। ਅਤੇ ਇੱਕ ਮੈਂ ਹੁਣ ਤੁਹਾਨੂੰ ਕਹਿਣਾ ਚਾਹਾਂਗਾ ਸਾਰੇ ਬੱਚਿਆਂ ਨੂੰ, ਜਿਹੜੇ ਜਿਹੜੇ ਆਲਰੇਡੀ, ਜਿਵੇਂ ਮੈਂ ਪਹਿਲੇ ਵੀ ਅਸੀਂ ਦੱਸਦੇ ਹਾਂ, ਤੁਹਾਨੂੰ ਪਤਾ ਹੈ ਕਰੀਅਰ ਓਵਰਸੀਜ਼ ਸਾਰੀ ਕੰਟਰੀਆਂ 'ਚ ਡੀਲ ਕਰਦੀ ਹੈ, ਚਾਹੇ ਉਹ ਸਾਈਪ੍ਰਸ ਹੈ, ਚਾਹੇ ਯੂਕੇ ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਸਿੰਗਾਪੁਰ ਹੈ। ਅਤੇ ਰਹੀ ਗੱਲ ਜਿਹੜੀ ਇਲੀਜੀਬਿਲਟੀ ਦਾ, ਤੁਸੀਂ ਸਾਰੇ ਜਾਣਦੇ ਹੋ ਜਿਹੜੀ ਇਲੀਜੀਬਿਲਟੀ ਹੈਗੀ ਹੈ, ਜਿਹੜੀ ਕੈਨੇਡਾ ਦੀ ਹੈ, ਆਸਟ੍ਰੇਲੀਆ ਦੀ ਹੈ ਅਤੇ ਯੂਕੇ ਦੀ ਹੈ, ਉਹ ਸਾਰੇ ਬੱਚਿਆਂ ਨੂੰ ਪਤਾ ਹੀ ਹੈ। ਜੇ ਤੁਹਾਡਾ ਪਲੱਸ ਟੂ ਪਾਸ ਨੂੰ ਜ਼ਿਆਦਾ ਗੈਪ ਨਹੀਂ ਹੈ, 1 ਤੋਂ 2 ਸਾਲ ਤੋਂ ਵੱਧ ਗੈਪ ਨਹੀਂ ਹੈ, ਤੁਹਾਡੇ ਆਇਲਸ ਜੇ ਚੰਗੇ ਬੈਂਡ ਹੈਗੇ ਹੈ, ਤਾਂ ਤੁਸੀਂ ਆਪਣਾ ਉਸ ਕੈਨੇਡਾ ਜਾਂ ਆਸਟ੍ਰੇਲੀਆ ਜਾ ਸਕਦੇ ਹੋ। ਪਲੱਸ ਤੁਹਾਨੂੰ ਪਤਾ ਹੀ ਹੈ ਯੂਕੇ ਅੱਜ ਡੇਟ ਬਹੁਤ ਚੱਲ ਰਿਹਾ, ਯੂਕੇ ਦੇ ਬੜੇ ਅੱਛੇ ਰਿਜ਼ਲਟਸ ਆਏ ਨੇ, ਸਾਡੇ ਵੀ ਕਾਫੀ ਰਿਜ਼ਲਟਸ ਆਏ ਨੇ ਅੱਛੇ, ਜਿਹੜੇ ਕਿ ਅਸੀਂ ਆਉਣ ਟਾਈਮ 'ਚ ਉਹ ਵੀਡੀਓਜ਼ ਅਤੇ ਉਹ ਸਾਰੇ ਬੱਚਿਆਂ ਨਾਲ ਜਿਹੜੇ ਉਹਨਾਂ ਦੇ ਵੀਜ਼ਾਸ ਅਸੀਂ ਸਾਰੇ ਸ਼ੇਅਰ ਕਰਾਂਗੇ। ਅਤੇ ਪਲੱਸ ਮੈਂ ਇੱਕ ਹੋਰ ਕਹਿਣਾ ਚਾਹਾਂਗਾ, ਜਿਹੜੇ ਬੱਚੇ ਯੂਕੇ ਜਿਨ੍ਹਾਂ ਦੀ ਪਰਸੈਂਟੇਜ 60 ਤੋਂ ਉੱਪਰ ਹੈ, 65 ਤੋਂ ਉੱਪਰ ਹੈ, ਇੰਗਲਿਸ਼ 'ਚ ਅੱਛੇ ਮਾਰਕਸ ਨੇ, ਅਸੀਂ ਉਹਨਾਂ ਨੂੰ ਯੂਕੇ ਵੀ ਭੇਜ ਸਕਦੇ ਹੈਗੇ ਹਾਂ। ਅਤੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਜਿਹੜੀ ਕੈਟੇਗਰੀ ਤਾਂ ਹੋ ਗਈ ਨੋਨ ਆਇਲਸ ਕੈਟੇਗਰੀ ਹੈ, ਨੋਨ ਆਇਲਸ ਕੈਟੇਗਰੀ ਜਿਹੜੇ ਬੱਚੇ ਸਾਡੇ ਜਿਨ੍ਹਾਂ ਦਾ ਗੈਪ ਜ਼ਿਆਦਾ 18 ਤੋਂ 35 ਸਾਲ ਏਜ ਹੈ ਅਤੇ ਉਹ ਕਿੱਥੇ ਨਹੀਂ ਜਾ ਸਕਦੇ, ਉਹਨਾਂ ਵਾਸਤੇ ਇੱਕ ਬੜੀ ਅੱਛੀ ਅਪੋਰਚੁਨਿਟੀ ਹੈ ਸਿੰਗਾਪੁਰ ਦੀ ਵੀ ਹੈ, ਬਿਕੋਜ਼ ਲਾਸਟ ਵੀਕ ਸਾਡੇ ਸਿੰਗਾਪੁਰ ਦੇ ਕਾਫੀ ਵੀਜ਼ਾਜ਼ ਆਏ ਨੇ, ਸਕਸੈਸ ਰੇਸ਼ੋ ਕਾਫੀ ਅੱਛਾ ਹੁਣ ਸਿੰਗਾਪੁਰ ਦੇ ਰਿਹਾ ਹੈਗਾ। ਇਹ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗਾ, ਜੇ ਤੁਹਾਡਾ ਗੈਪ ਹੈਗਾ, ਤੁਹਾਡਾ ਬਜਟ ਘੱਟ ਹੈ, ਤਾਂ ਤੁਸੀਂ ਵਿਦਾਊਟ ਵੇਸਟਿੰਗ ਟਾਈਮ ਸਿੰਗਾਪੁਰ ਅਪਲਾਈ ਕਰ ਸਕਦੇ ਹੋ, ਬਿਕੋਜ਼ ਸਿੰਗਾਪੁਰ ਅੱਜ ਦੀ ਡੇਟ 'ਚ ਬੜੀ ਜਲਦੀ ਅੱਛੀ ਬੜੀ ਅੱਛਾ ਸਕਸੈਸ ਰੇਸ਼ੋ ਅਤੇ ਬੜੀ ਜਲਦੀ ਵੀਜ਼ਾ ਦੇ ਰਿਹਾ ਹੈਗਾ। ਅਤੇ ਸਿੰਗਾਪੁਰ ਜਿਵੇਂ ਤੁਸੀਂ ਜਾਣਦੇ ਹੋ ਇੱਕ ਬੜੀ ਅੱਛੀ ਕੰਟਰੀ ਹੈ, ਅਤੇ ਸਿੰਗਾਪੁਰ ਵਿੱਚ ਤੁਹਾਨੂੰ ਪਤਾ 6 ਮੰਥ ਪਹਿਲੇ 6 ਮੰਥ ਦੀ ਪਹਿਲੇ ਸਟੱਡੀ ਹੁੰਦੀ ਹੈ, ਉਸ ਤੋਂ ਬਾਅਦ OGT ਜਿਹਨੂੰ ਕਹਿੰਦੇ ਆਨ ਜੋਬ ਟ੍ਰੇਨਿੰਗ। ਸਾਡੇ ਜਿਹੜੇ ਕਾਲਜ ਨੇ, ਅਸੀਂ ਅੱਛੇ ਅੱਛੇ ਕਾਲਜ 'ਚ ਉੱਥੇ ਬੱਚਿਆਂ ਨੂੰ ਭੇਜਦੇ ਹਾਂ ਤਾਂ ਕਿ ਹਰ ਬੱਚੇ ਦੀ ਉੱਥੇ ਜਾ ਕੇ ਜੋਬ ਜ਼ਰੂਰ ਲੱਗੇ 6 ਮਹੀਨੇ ਬਾਅਦ। ਅਤੇ ਇਸ ਕਰਕੇ ਅਸੀਂ ਇਸ ਚੀਜ਼ ਦੀ ਬੜੀ ਸ਼ਿਓਰਟੀ ਰਹਿੰਦੀ ਹੈਗੀ ਹੈ। ਅਤੇ ਮੈਂ ਤੁਹਾਨੂੰ ਦਰਸ਼ਕਾਂ ਨੂੰ ਇਹ ਕਹਿਣਾ ਚਾਹਾਂਗਾ, ਜੇ ਤੁਹਾਡਾ ਵਿੱਚੋਂ ਗੈਪ ਹੈ ਅਤੇ ਤੁਸੀਂ ਅੱਜ ਦੀ ਡੇਟ 'ਚ ਵਿਦਾਊਟ ਵੇਸਟਿੰਗ ਟਾਈਮ ਅਤੇ ਤੁਸੀਂ ਸਿੰਗਾਪੁਰ ਕਰ ਸਕਦੇ ਹੋ। ਉਧਰੋਂ ਤੁਹਾਨੂੰ ਮੈਂ ਲਾਸਟ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਸਾਈਪ੍ਰਸ ਦੀਆਂ ਸੀਟਾਂ ਵੀ ਬੜੀ ਲਿਮਿਟੇਸ਼ਨ ਹੋ ਗਈ ਹੈ, ਸਾਈਪ੍ਰਸ ਵੀ ਬੜਾ ਜ਼ਿਆਦਾ ਇਸ ਟਾਈਮ ਉਹ ਜਾ ਰਿਹਾ ਹੈਗਾ, ਕਿਉਂਕਿ ਸਾਨੂੰ ਉਮੀਦ ਹੈ ਸ਼ਾਇਦ ਆਉਣ ਵਾਲੇ ਟਾਈਮ 'ਚ, ਜਿਹੜੀ ਕਿ ਕਾਫੀ ਟਾਈਮ ਤੁਸੀਂ ਸੁਣਦੇ ਆ ਰਹੇ, ਸ਼ਾਇਦ ਸਾਈਪ੍ਰਸ ਸ਼ੈਨਿੰਗਨ 'ਚ ਵੀ ਆ ਜਾਏ, ਸਾਨੂੰ ਇਹੀ ਸੁਣਨ 'ਚ ਆ ਰਿਹਾ। ਜੇ ਬਾਕੀ ਤਾਂ ਜਦੋਂ ਆਏਗਾ ਤੁਹਾਨੂੰ ਅਸੀਂ ਉਦੋਂ ਵੀ ਅਪਡੇਟ ਦਾਂਗੇ। ਅਤੇ ਇਹਦੇ 'ਚ ਮੈਂ ਕਹਿਣਾ ਚਾਹਾਂਗਾ ਤੁਹਾਡਾ ਉਹ, ਜੇ ਤੁਸੀਂ ਸਾਈਪ੍ਰਸ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵਿਦਾਊਟ ਵੇਸਟਿੰਗ ਟਾਈਮ ਤੁਸੀਂ ਜਲਦੀ ਸਾਈਪ੍ਰਸ ਨੂੰ ਵੀ ਅਪਲਾਈ ਕਰੋ, ਬਿਕੋਜ਼ ਸੀਟਾਂ ਆਲਮੋਸਟ 90% ਆਲਮੋਸਟ ਖਤਮ ਨੇ। ਅਤੇ ਰਹੀ ਗੱਲ ਯੂਕੇ ਦਾ, ਜਿਵੇਂ ਤੁਹਾਨੂੰ ਪਹਿਲੇ ਦੱਸਿਆ ਹੀ ਹੈ, ਯੂਕੇ ਵਾਸਤੇ ਵੀ ਹੋਵੇ ਅਤੇ ਤੁਸੀਂ ਬਾਕੀ ਵਧੇਰੀ ਜਾਣਕਾਰੀ ਲਈ ਸਾਡੇ ਕਰੀਅਰ ਓਵਰਸੀਜ਼ ਦੇ ਫੇਸਬੁੱਕ ਪੇਜ ਅਤੇ ਯੂਟਿਊਬ 'ਚ ਚੈਨਲ ਸਾਡਾ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋਗੇ। ਇਹ ਗੱਲ ਯਾਦ ਰੱਖਿਓ, ਸਾਡੇ ਯੂਟਿਊਬ ਚੈਨਲ ਕਾਫੀ ਬੱਚਿਆਂ ਨੂੰ, ਸਾਡੇ ਨੂੰ ਕਾਫੀ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦਿੰਦਾ ਹੈਗਾ। ਤੁਸੀਂ ਘਰੇ ਬੈਠੇ ਵੀ ਐਜੂਕੇਟ ਹੋ ਸਕਦੇ ਹੋ ਵੀ ਕੀ ਡੂਸ ਅਤੇ ਕੀ ਡੋਂਟਸ ਨੇ ਐਸ ਟੀ ਵੀਜ਼ਾ ਅਪਲਾਈ ਕਰਨ ਵਾਸਤੇ। ਅਤੇ ਰਹੀ ਗੱਲ, ਤੁਹਾਨੂੰ ਪਤਾ ਹੀ ਹੈ ਕਰੀਅਰ ਓਵਰਸੀਜ਼ ਸਾਡੀ ਸਹੀ ਅਤੇ ਸੱਚੀ ਸਲਾਹ ਤੋਂ ਜਾਣੀ ਜਾਂਦੀ ਹੈ। ਤੁਸੀਂ ਆਪਣਾ ਸਾਡਾ ਯੂਟਿਊਬ ਅਤੇ ਇੰਸਟਾਗ੍ਰਾਮ ਜਾਂ ਫੇਸਬੁੱਕ ਚੈਨਲ ਸਬਸਕ੍ਰਾਈਬ ਕਰੋ, ਪਲੱਸ ਉਸ ਦੇਖੋ, ਹੋਰ ਵਧੇਰੀ ਜਾਣਕਾਰੀ ਵਾਸਤੇ ਤੁਸੀਂ ਸਾਡੇ ਦਿੱਤੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।